नमस्कार दोस्तों मैं हां थोड़ा दोस्त मनुमोड़ जेड़े भी कैंडिडेट ने सब इंस्पेक्टर ਦਾ एग्जाम ਦਿੱਤਾ ਸੀ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਰਾਸ਼ਟਰਪਤੀ ਦੇ ਰਿਗਾਰਡਿੰਗ ਕਿੰਨੇ ਸਵਾਲ एग्जाम ਵਿੱਚ ਪੁੱਛੇ ਗਏ ਸੀ ਕਮ ਤਕੋਂ ਪੰਜ ਤੋਂ ਲੈ ਕੇ 6 ਕੁਐਸਚਨ ਸੀ ਜਿਹੜੇ ਰਾਸ਼ਟਰਪਤੀ ਦੇ ਰਿਗਾਰਡਿੰਗ एग्जाम ਵਿੱਚ ਪੁੱਛੇ ਗਏ ਸੀ ਇਸ ਕਰਕੇ ਹਰ एग्जाम ਵਾਸਤੇ ਇਹ ਟੋਪਿਕ ਕਾਫੀ ਇੰਪੋਰਟੈਂਟ ਹੋ ਜਾਂਦਾ ਤੇ ਇਸ ਵੀਡੀਓ ਵਿੱਚ ਜਿਹੜੇ ਵੀ ਮੇਨ ਮੇਨ ਪੁਆਇੰਟ ਮੈਂ ਤੁਹਾਨੂੰ ਦੱਸਦਾ ਡਾਇਰੈਕਟ एग्जाम ਵਿੱਚ ਪੁੱਛੇ ਜਾਣਗੇ ਓਕੇ ਤਾਂ ਕਰਕੇ ਜਰੂਰ ਇਸ ਨੂੰ ਲਿਖ ਲਿਓ ਤੇ ਧਿਆਨ ਨਾਲ ਵੀਡੀਓ ਨੂੰ ਦੇਖ ਲਓ ਤੇ ਅਸ ਦੀ ਆਪਣੀ ਕਲਾਸ ਨੰਬਰ 2 ਹੈ ਠੀਕ ਹੈ ਕਲਾਸ ਨੰਬਰ 1 ਆਪਾਂ ਕੱਲ ਕੀਤੀ ਸੀ ਜਿਸ ਵਿੱਚ ਮੈਂ ਕਨਸਟੀਟਿਊਸ਼ਨ ਦੀ ਜੜੀ ਬੀ ਹੈ ਨਾ ਬਣ ਤਰਸੀ ਕਿਵੇਂ ਬਣਿਆ ਸੀ ਇਸ ਬਾਰੇ ਪੂਰੀ ਡਿਟੇਲ ਵਿੱਚ ਸਮਝਾ ਦਿੱਤਾ ਸੀ ਜੇ ਉਹ ਵੀਡੀਓ ਤੁਸੀਂ ਨਹੀਂ ਦੇਖੀ ਤਾਂ ਇਸ ਚੈਨਲ ਤੇ ਜਾ ਕੇ ਤੁਸੀਂ ਉਹ ਵੀ ਵਿਜ਼ਿਟ ਕਰ ਸਕਦੇ ਹੋ ਹੁਣ ਆਪਾਂ ਜ਼ਿਆਦਾ ਟਾਈਮ ਵੇਸਟ ਨਹੀਂ ਕਰਦੇ ਆਪਾਂ ਸਟਾਰਟ ਕਰ ਲੈਂਦੇ ਆ ਆਪਣਾ ਅੱਜ ਦਾ ਟੌਪਿਕ ਠੀਕ ਹੈ ਸਭ ਤੋਂ ਪਹਿਲਾਂ ਪ੍ਰੈਜ਼ੀਡੈਂਟ ਬਾਰੇ ਗੱਲ ਕਰੀਏ ਤਾਂ ਜਿਹੜੀ ਕਰੰਟ ਪ੍ਰੈਜ਼ੀਡੈਂਟ ਹੈ ਦਰੁਪਤੀ ਮਰਮੂਆ ਠੀਕ ਹੈ ਐਗਜ਼ਾਮ ਵਿੱਚ ਬਣ ਸਕਦਾ ਹੈ ਕਿਉਂਕਿ ਕਾਫੀ ਨਿਊਜ਼ ਵਿੱਚ ਰਹੀ ਹੈ ਕਰੰਟ ਅਫੇਅਰ ਵੀ ਤੇ ਇਸ ਦੇ ਰਿ ਤਨਦਰਪਤੀ ਮੁਰਮੂ ਹੈ ਕਰੰਟ ਜਿਹੜੀ ਭਾਰਤ ਦੀ ਪ੍ਰੈਜ਼ੀਡੈਂਟ ਹੈ ਯਾਨੀ ਰਾਸ਼ਟਰਪਤੀ ਹੈ ਠੀਕ ਹੈ ਕਦੋਂ ਤੋਂ ਇਹ ਇਸ ਦਾ ਕਾਰਜਕਾਲ ਕਦੋਂ ਤੋਂ ਸ਼ੁਰੂ ਹੋਇਆ ਸੀ 25 ਜੁਲਾਈ 2022 ਤੋਂ ਇਸ ਦਾ ਕਾਰਜਕਾਲ ਸ਼ੁਰੂ ਹੋਇਆ ਸੀ ਠੀਕ ਹੈ ਇਗਜ਼ਾਮ ਵਿੱਚ ਪੁੱਛਿਆ ਜਾਂਦਾ ਜਿਹੜੀ ਕਰੰਟ ਆਪਣੀ ਪ੍ਰੈਜ਼ੀਡੈਂਟ ਹੈ ਫੀਮੇਲ ਹੈ ਠੀਕ ਹੈ ਤੇ ਇਹ ਕਿਹੜੇ ਨੰਬਰ ਦੀ ਜਿਹੜੀ ਪ੍ਰੈਜ਼ੀਡੈਂਟ ਬਣੀ ਹੈ ਤਾਂ 15ਵੇਂ ਨੰਬਰ ਦੀ ਜਿਹੜੀ ਇਹ ਪ੍ਰੈਜ਼ੀਡੈਂਟ ਬਣੀ ਹੈ ਇਸ ਤੋਂ ਪਹਿਲਾਂ ਰਾਮਨਾਥ ਕੋਵਿੰਦ ਸੀ ਉਹ 14ਵੇਂ ਨੰਬਰ ਦਾ ਜਿਹੜਾ ਰਾਸ਼ਟਰਪਤੀ ਸੀ ਠੀਕ ਹੈ ਤੇ ਕਈ ਵਾਰ ਇਗਜ਼ਾਮ ਵਿੱਚ ਕੁਮਾਫੀ ਰਾਕੇ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਦਰਉਪਤੀ ਮਰਮੂ ਜਿਹੜੀ ਆਪਣੇ ਕਰੰਟ ਪ੍ਰੈਜ਼ੀਡੈਂਟ ਆ ਜਾਂ ਰਾਸ਼ਟਰਪਤੀ ਆ ਨਾ ਉਹ ਕਿਹੜੀ ਪਾਰਟੀ ਨਾਲ ਰਿਲੇਟਡ ਹੈ ਤਾਂ ਯਾਦ ਰੱਖੋ ਭਾਜੀਪੀ ਪਾਰਟੀ ਨਾਲ ਰਿਲੇਟਡ ਹੈ ਠੀਕ ਹੈ ਇਸ ਤੋਂ ਬਾਅਦ ਕਈ ਵਾਰ ਇਗਜ਼ਾਮ ਵਿੱਚ ਪੁੱਛਿਆ ਜਾਂਦਾ ਕੁਆਲੀਫਿਕੇਸ਼ਨ ਯਾਨੀ ਯੋਗਤਾ ਕੀ ਹੁੰਦੀ ਹੈ ਪ੍ਰੈਜ਼ੀਡੈਂਟ ਜੇ ਕੋਈ ਹੈ ਨਾ ਖੜਾ ਹੁੰਦਾ ਪ੍ਰੈਜ਼ੀਡੈਂਟ ਦੀ ਇਲੈਕਸ਼ਨਸ ਵਿੱਚ ਤਾਂ ਉਸ ਕੋਲ ਕੀ ਯੋਗਤਾ ਹੋਣੀ ਚਾਹੀਦੀ ਹੈ ਸਭ ਤੋਂ ਪਹਿਲਾਂ ਨਾਰਮਲ ਜਿਗਰ ਪਾੜ ਦਾ ਨਾਗਰਿਕ ਹੋਣਾ ਚਾਹੀਦਾ ਠੀਕ ਹੈ ਤੇ ਉਸ ਦੀ ਉਮਰ एग्जाम ਵਿੱਚ ਇਹ ਪੁਆਇੰਟ ਬਹੁਤ ਵਾਰ ਪੁੱਛਿਆ ਜਾਂਦਾ ਹੈ ਤੇ ਆਈ ਥਿੰਕ ਸਬ ਇੰਸਪੈਕਟਰ ਦੇ एग्जाम ਵਿੱਚ ਵੀ ਇਹ ਕੁਸ਼ਣ ਆਇਆ ਸੀ ਕਿ ਰਾਸ਼ਟਰਪਤੀ ਦੀ ਚੋਣ ਲੜਨ ਵਾਸਤੇ ਉਮਰ ਕਿੰਨੀ ਸਾਲ ਹੋਣੀ ਚਾਹੀਦੀ ਹੈ 35 ਸਾਲ ਤੋਂ ਉੱਪਰ ਦਾ ਕੈਂਡੀਡੇਟ ਹੀ ਜਿਹੜਾ ਹੁੰਦਾ ਹੈ ਉਹ ਕੈਡਿਨੇਟ ਦੀ ਚੋਣਾ ਲੜ ਸਕਦਾ ਠੀਕ ਹੈ ਇਸ ਤੋਂ ਇਲਾਵਾ ਲੋਕ ਸਭਾ ਦੇ ਮੈਂਬਰ ਵਜੋਂ ਚੁਣੇ ਜਾਣ ਦੇ ਯੋਗ ਹੋਣਾ ਚਾਹੀਦਾ ਹੈ ਮਤਲਬ ਕਿ ਲੋਕ ਸਭਾ ਦਾ ਮੈਂਬਰ ਵੀ ਚੁਣਿਆ ਚੁਣੇ ਜਾਣ ਦੇ ਐਲੀਜੀਬਿਲਟੀ ਉਸ ਵਿੱਚ ਹੋਣੀ ਚਾਹੀਦੀ ਹੈ ਠੀਕ ਹੈ ਇਸੋ ਲਾਭ ਦਾ ਕੋਈ ਉਦਾਂ ਨਹੀਂ ਰੱਖਣਾ ਚਾਹੀਦਾ ਮਤਲਬ ਕਿ ਲਾਭ ਦਾ ਕੋਈ ਸਰਕਾਰੀ ਨੌਕਰੀ ਜਾਂ ਇਸ ਤਰ੍ਹਾਂ ਦੀ ਸਰਕਾਰੀ ਜੋ ਵੀ ਨੌਕਰ ਹੁੰਦਾ ਹੈ ਨਾ ਉਸ ਤਰ੍ਹਾਂ ਦੇ ਕੈਂਡੀਡੇਟ ਵਾਸਤੇ ਜਿਹੜੇ ਪ੍ਰੈਜ਼ੀਡੈਂਟ ਐਲੀਜੀਬਲ ਨਹੀਂ ਮੰਨੇ ਜਾਂਦਾ ਮਤਲਬ ਪ੍ਰੈਜ਼ੀਡੈਂਟ ਦੀ ਚੋਣਾਂ ਐਲੀਜੀਬਲ ਨਹੀਂ ਮੰਨੀ ਜਾਂਦੀ ਓਕੇ ਜਿਸ ਤੋਂ ਬਾਅਦ ਗੱਲ ਕਰੀ ਰਾਸ਼ਟਰਪਤੀ ਦੀ ਚੋਣ ਦੀ ਪ੍ਰਕਿਰਿਆ ਕੀ ਹੈ एग्जाम ਵਿੱਚ ਬਹੁਤ ਵਾਰ ਇਸ ਦੇ ਰਿਗਾਰਡਿੰਗ ਪੁਆਇੰਟ ਪੁੱਛੇ ਜਾਂਦੇ ਨੇ ਸਾਰੇ ਇੰਪੋਰਟੈਂਟ ਪੁਆਇੰਟ ਹੈ ਦੋਸਤੋ ਕੋਈ ਵੀ एग्जाम ਤੋਂ ਬਾਹਰ ਆਉਣ ਵਾਲਾ ਪੁਆਇੰਟ ਨਹੀਂ ਹੈ ਇਹ ਇਲੈਕਟ੍ਰੋਨ ਕਾਲਜ ਵਾਲਾ ਇਹ ਪੁਆਇੰਟ ਹੈ ਇਹ ਸਬ ਇੰਸਪੈਕਟਰ ਦੀ ਇਗਜ਼ਾਮ ਵਿੱਚ ਆਇਆ ਸੀ ਜਿਹੜੇ ਵੀ ਕੈਂਡੀਡੇਟ ਨੇ ਇਹ ਸਬ ਇੰਸਪੈਕਟਰ ਦਾ ਇਗਜ਼ਾਮ ਦਿੱਤਾ ਉਹ ਵੀਡੀਓ ਵਿੱਚ ਯੈਸ ਲਿਖ ਕੇ ਕਮੈਂਟ ਕਰ ਦਿਓ ਕਿ ਇਲੈਕਟ੍ਰੋਨ ਕਾਲਜ ਦੇ ਰਿਗਾਰਡਿੰਗ ਕੋ ਕੁਐਸਚਨ ਦੇਖੂਗਾ ਮਿਲਿਆ ਸੀ ਕਿ ਨਹੀਂ ਠੀਕ ਹੈ ਇਸ ਤੋਂ ਬਾਅਦ ਰਾਸ਼ਟਰਪਤੀ ਦੀ ਚੋਣ ਪ੍ਰਕਿਰਿਆ ਦੀ ਗੱਲ ਕਰੀਏ ਤਾਂ ਰਾਸ਼ਟਰਪਤੀ ਦੀ ਚੋਣ ਇਲੈਕਟ੍ਰੋਨ ਕਾਲਜ ਦੇ ਦੁਆਰਾ ਕੀਤੀ ਜਾਂਦੀ ਹੈ ਠੀਕ ਹੈ ਇਲੈਕਟ੍ਰੋਨ ਕਾਲਜ ਹੁੰਦਾ ਜਿਸ ਦੇ ਦੁਆਰਾ ਇਲੈਕਸ਼ਨ ਕੀਤੇ ਜਾਂਦੇ ਇਲੈਕਸ਼ਨ ਕੀਤੇ ਜਾਂਦੇ ਨੇ ਸਸੰਦ ਦੇ ਦੋਵੇਂ ਸਦਨਾ ਜਿਵੇਂ ਕਿ ਲੋਕ ਸਭਾ ਰਾਜ ਸਭਾ ਅਤੇ ਵਿਧਾਨ ਸਭਾ ਦੇ ਚੁਣੇ ਹੋਏ ਮੈਂਬਰਾਂ ਦੁਆਰਾ ਇਹ ਇਲੈਕਟੋਰਲ ਕਾਲਜ ਯਾਨੀ ਰਾਸ਼ਟਰਪਤੀ ਦੀ ਚੋਣ ਕਰਵਾਈ ਜਾਂਦੀ ਹੈ ਓਕੇ ਇਸ ਤੋਂ ਬਾਅਦ ਨੈਕਸਟ ਪੁਆਇੰਟ ਦੀ ਗੱਲ ਕਰੀਏ ਸਸੰਦ ਦੇ ਨਾਮਜ਼ਦ ਮੈਂਬਰ ਅਤੇ ਰਾਜ ਵਿਧਾਨਪ੍ਰਿਸ਼ਦ ਦੇ ਮੈਂਬਰ ਇਲੈਕਟੋਰਲ ਕਾਲ ਦਾ ਹਿੱਸਾ ਨਹੀਂ ਹੈ ਸਸੰਦ ਦੇ ਨਾਮਜ਼ਦ ਮੈਂਬਰ ਤੋਂ ਮਤਲਬ ਕੀ ਹੈ ਜਿਹੜੇ ਵੀ ਚੋਣ ਲੜਨਗੇ ਰਾਸ਼ਟਰਪਤੀ ਦੀ ਉਹ VOTING ਨਹੀਂ ਕਰ ਸਕਦੇ ਠੀਕ ਹੈ ਇਸ ਤੋਂ ਇਲਾਵਾ ਨੈਕਸਟ ਪੁਆਇੰਟ ਦੀ ਗੱਲ ਕਰੀਏ ਚੋਣ ਅਨੁਪਾਤਕ ਨੁਮਾਇੰਦਗੀ ਤਬ ਦਲਾ ਯੋਗ ਵੋਟ ਪ੍ਰਣਾਲੀ ਦੁਆਰ ਹੁੰਦੀ ਹੈ ਠੀਕ ਹੈ ਵੋਟਾਂ ਪੈਂਦੀਆਂ ਜਿਵੇਂ ਕਿ ਨਾਰਮਲੀ ਆਪਣੇ ਮੈਂਬਰ ਆਫ ਪਾਰਲੀਮੈਂਟ ਦੀਆਂ ਵੋਟਾਂ ਪੈਂਦੀਆਂ ਹਨ ਐਮ ਐਲ ਐਸ ਵਗੈਰਾ ਦੀਆਂ ਵੋਟਾਂ ਪੈਂਦੀਆਂ ਨੇ ਉਵੇਂ ਹੀ ਰਾਸ਼ਟਰਪਤੀ ਦੀਆਂ ਵੋਟਾਂ ਵੀ ਹੁੰਦੀਆਂ ਜਿਸ ਵਿੱਚ ਕਿ ਉਹਨੂੰ ਸਾਬਿਲ ਹੁੰਦੇ ਨੇ ਸਿਰਫ ਸਸਨ ਦੇ ਮੈਂਬਰ ਹੀ ਇਨਕਲੂਡ ਹੁੰਦੇ ਨੇ ਓਕੇ ਸਸਨ ਦੇ ਮੈਂਬਰ ਆਫ ਸਾਰੇ ਉਹ ਜਿੰਨੇ ਵੀ ਹੁੰਦੇ ਨੇ ਵੋਟਾਂ ਪਾ ਕੇ ਇੱਕ ਰਾਸ਼ਟਰਪਤੀ ਨੂੰ ਜਿਤਾ ਦਿੰਦੇ ਨੇ ਇਸ ਤੋਂ ਬਾਅਦ ਐਗਜ਼ਾਮ ਵਿੱਚ ਇਹ ਪੁਆਇੰਟ ਵੀ ਕਾਫੀ ਬਾਰ ਪੁੱਛਿਆ ਜਾਂਦਾ ਹੈ ਕਿ ਰਾਸ਼ਟਰਪਤੀ ਚੋਣ ਕਿਵੇਂ ਕੀਤੀ ਜਾਂਦੀ ਹੈ ਤਾਂ ਸੀਕ੍ਰੇਟ ਬਾਲਟ ਪੇਪਰ ਦੁਆਰਾ ਕੀਤੀ ਜਾਂਦੀ ਹੈ ਜੀਗਾ ਈਵੀਐਮ ਮਸ਼ੀਨ ਦੁਆਰਾ ਨਹੀਂ ਕੀਤੀ ਜਾਂਦੀ ਹੈ। ਇਹ ਆਪਸ਼ਨ ਵਿੱਚ ਆਪਾਂ ਨੂੰ ਮਿਲ ਜਾਂਦਾ ਹੈ ਕਿ ਈਵੀਐਮ ਮਸ਼ੀਨ ਦੁਆਰਾ ਕੀਤੀ ਜਾਂਦੀ ਹੈ ਜਾਂ ਸੀਕ੍ਰੇਟ ਬਾਲਟ ਪੇਪਰ ਦੁਆਰਾ ਤੇ ਯਾਦ ਰੱਖਿਓ ਬਾਲਟ ਪੇਪਰ ਦੁਆਰਾ ਰਾਸ਼ਟਰਪਤੀ ਦੀ ਚੋਣ ਕੀਤੀ ਜਾਂਦੀ ਹੈ। ਤੇ ਦੋਸਤੋ ਹੁਣ ਇੱਕ ਮੈਨੂੰ ਵੀਡੀਓ ਵਿੱਚ ਕਮੈਂਟ ਕਰਕੇ ਦੱਸ ਦਿਓ ਕਿਹੜੇ-ਕਿਹੜੇ ਕੈਂਡੀਡੇਟ ਨੇ ਕਿਹੜੇ-ਕਿਹੜੇ ਬੱਚੇ ਨੇ ਹਨ ਜਿਹੜਾ ਕਾਪੀ ਲੈ ਕੇ ਨੋਟ ਕਰ ਰਹੇ ਨੇ ਇਹਨੂੰ। ਠੀਕ ਆ ਉਹਨਾਂ ਵਾਸਤੇ ਮੈਂ ਜਰੂਰ ਰਿਪਲਾਈ ਕਰਾਂਗਾ ਤੇ ਕੁਝ ਚੰਗਾ ਹੀ ਰਿਪਲਾਈ ਕਰਾਂਗਾ ਜਿਹੜੇ ਵੀ ਬੱਚੇ ਕਾਪੀ ਲੈ ਕੇ ਇਹਨਾਂ ਨੋਟਸ ਬਣਾ ਰਹੇ ਨੇ ਆਪਦੇ ਨੋਟਸ ਬਣਾ ਰਹੇ ਨੇ ਉਹਨਾਂ ਦਾ ਫਿਊਚਰ ਕਾਫੀ ਸਹੀ ਹੈ ਮਤਲਬ ਕਿ ਚਾਂਸਸ ਹੋ ਜਾਂਦੇ ਨੇ ਜਿਹੜੇ ਵੀ ਨੋਟ ਬਣਾਉਂਦੇ ਨੇ ਲਿਖਦੇ ਨੇ ਤਾਂ ਤਿਆਰੀ ਡਬਲ ਹੁੰਦੀ ਹੈ ਤੇ ਉਹਨਾਂ ਦੀ ਚਾਂਸਸ ਵੀ ਜ਼ਿਆਦਾ ਹੁੰਦੇ ਨੇ ਇਗਜ਼ਾਮ ਕ੍ਰੈਕ ਕਰਨ ਦੀ ਤਾਂ ਕਰਕੇ ਜਿਹੜੇ ਬੱਚੇ ਸਿਰਫ ਵੀਡੀਓ ਦੇਖਦੇ ਨੇ ਉਹਨਾਂ ਨੂੰ ਇਹੀ ਮੈਂ رائے ਦੇਵਾਂਗਾ ਕਿ ਨਾਲ ਦੀ ਨਾਲ ਰਾਈਟ ਡਾਉਨ ਜ਼ਰੂਰ ਕਰ ਲਿਆ ਕਰੋ ਕਿਉਂਕਿ ਆਲ ਇੰਪੋਰਟੈਂਟ ਟਾਪਿਕ ਹੁੰਦੇ ਨੇ ਆਪਣੇ ਚੈਨਲ ਦੇ ਕੋਈ ਫਾਲਤੂ ਦੀ ਚੀਜ਼ਾਂ ਆਪ ਬਿਲਕੁਲੀ ਵੀਡੀਓ ਵਿੱਚ ਪ੍ਰੋਵਾਈਡ ਨਹੀਂ ਕਰਵਾਉਂਦੇ ਓਕੇ ਤੇ ਕਮੈਂਟ ਜਰੂਰ ਕਰ ਦਿਓ ਜਿਹੜੇ ਵੀ ਬੱਚੇ ਰਾਈਟ ਡਾਊਨ ਕਰ ਰਹੇ ਨੇ ਠੀਕ ਹੈ ਇਸ ਤੋਂ ਬਾਅਦ ਨੈਕਸਟ ਪੁਆਇੰਟ ਦੀ ਗੱਲ ਕਰੀਏ ਰਾਸ਼ਟਰਪਤੀ ਨੇ ਭਾਰਤ ਦੇ ਚੀਫ ਜਸਟਿਸ ਦੀ ਮਜਬੂਦਗੀ ਵਿੱਚ ਅਹੁਦੇ ਦੀ ਸੌਂ ਚੁੱਕੀ ਹੈ ਹੁਣ ਐਗਜ਼ਾਮ ਵਿੱਚ ਇਹ ਪੁਆਇੰਟ ਬਹੁਤ ਵਾਰ ਪੁੱਛਿਆ ਜਾਂਦਾ ਹੈ ਕਿ ਰਾਸ਼ਟਰਪਤੀ ਇਹਨੂੰ ਸੌਂ ਕੌਣ ਚੁਕਾਉਂਦਾ ਹੈ ਜਾਂ ਸ਼ਪਤ ਕੌਣ ਚੁਕਾਉਂਦਾ ਹੈ ਤਾਂ ਚੀਫ ਜਸਟਿਸ ਯਾਦ ਰੱਖਿਓ ਇਹ ਪੁਆਇੰਟ ਠੀਕ ਹੈ ਵੈਰੀ ਵੈਰੀ ਇੰਪੋਰਟੈਂਟ ਪੁਆਇੰਟ ਹੈ ਇਸ ਤੋਂ ਬਾਅਦ ਆਪਾਂ ਕਾਰਜਕਾਲ ਦੀ ਗੱਲ ਕਰ ਲਈਏ ਰਾਸ਼ਟਰਪਤੀ ਦਾ ਜੇ ਰਾਸ਼ਟਰਪਤੀ ਆਪਣੀ ਸੇਵਾਵਾਂ ਸੇਵਾਵਾਂ ਮੰਦਿੰਦਾ ਆਪਣੇ ਦੇਸ਼ ਨੂੰ ਹਨ ਉਹ ਸਿਰਫ 5 ਸਾਲਾਂ ਤੱਕ ਦੇ ਦੇ ਸਕਦਾ ਉਸ ਤੋਂ ਬਾਅਦ ਉਹ ਦੁਬਾਰਾ ਚੋਣ ਵੀ ਲੜ ਸਕਦਾ ਜਾਂ ਰਿਜ਼ਾਈਨ ਵੀ ਕਰ ਸਕਦਾ ਉਹ ਉਸ ਦੀ ਮਰਜ਼ੀ ਹੈ ਠੀਕ ਹੈ ਤੇ ਮਿਆਦ ਪੂਰੀ ਹੋਣ ਤੇ 80 ਪਾ ਦੇ ਸਕਦਾ ਸੇਵਾ ਵੀ ਦੇ ਸਕਦਾ ਓਕੇ ਇਸ ਤੋਂ ਬਾਅਦ ਨੈਕਸਟ ਪੁਆਇੰਟ ਦੀ ਗੱਲ ਕਰੀ ਰਾਸ਼ਟਰਪਤੀ ਦੇ ਵਿਸ਼ੇਸ਼ ਅਧਿਕਾਰ एग्जाम ਵਿੱਚ ਇਹ ਵੀ ਬਹੁਤ ਵਾਰ ਪੁੱਛੇ ਜਾਂਦੇ ਨੇ ਕਿ ਰਾਸ਼ਟਰਪਤੀ ਕੋਲ ਕਿਹੜੇ-ਕਿਹੜੇ ਅਧਿਕਾਰ ਨੇ ਥੋੜੀ ਜੀ ਦੋਸਤੋ ਵੀਡੀਓ ਲੰਬੀ ਹੋ ਜਾਵੇਗੀ ਇਸ ਕਰਕੇ ਜਿਹੜੇ ਰਾਸ਼ਟਰਪਤੀ ਦੇ ਰਿਗਾਰਡਿੰਗ ਕੁਐਸਚਨਸ ਨੇ ਉਹ ਮੈਂ ਤੁਹਾਨੂੰ ਸ਼ਾਮ ਦੀ ਵੀਡੀਓ ਵਿੱਚ ਪ੍ਰੋਵਾਈਡ ਕਰਵਾ ਦਾਂਗਾ ਅਲੱਗ ਤੋਂ ਇੱਕ ਵੀਡੀਓ ਪ੍ਰੋਵਾਈਡ ਕਰਵਾ ਦਾਂਗਾ ਇਸ ਵੀਡੀਓ ਦੇ ਐਂਡ ਵਿੱਚ ਆਪਾਂ ਜਿਹੜੇ ਵੀ ਕੁਐਸਚਨ ਨੇ ਉਹ ਕਵਰ ਨਹੀਂ ਕਰਾਂਗੇ ਕਿਉਂਕਿ ਵੀਡੀਓ ਥੋੜੀ ਲੰਬੀ ਹੋ ਜਾਊਗੀ ਠੀਕ ਤੇ ਰਾਸ਼ਟਰਪਤੀ ਦੇ ਵਿਸ਼ੇਸ਼ ਅਧਿਕਾਰਾਂ ਦੀ ਗੱਲ ਕਰੀਏ ਰਾਸ਼ਟਰਪਤੀ ਆਪਣੇ ਕਾਰਜਾਂ ਦੀ ਵਤੋਂ ਲਈ ਕਿਸੇ ਵੀ ਅਦਾਲਤ ਦੇ ਪ੍ਰਤੀ ਜਵਾਬਦੇਹ ਨਹੀਂ ਹੈ ਮਤਲਬ ਇਸ ਤੇ ਕ੍ਰਿਮੀਨਲ ਕੇਸ ਜਾਂ ਸਿਵਲ ਕੇਸ ਨਹੀਂ ਹੋ ਸਕਦਾ ਰਾਸ਼ਟਰਪਤੀ ਤੇ ਕਿਉਂਕਿ ਅਦਾਲਤ ਅਦਾਲਤ ਕੋਲ ਐਨੀ ਪਾਵਰ ਨਹੀਂ ਹੁੰਦੀ ਹੈ ਨਾ ਕਿ ਰਾਸ਼ਟਰਪਤੀ ਤੋਂ ਸਵਾਲ ਜਵਾਬ ਕਰ ਸਕੇ ਤਾਂ ਇਸ ਤੇ ਕੋਈ ਕੇਸ ਨੂੰੰਦ ਰਾਸ਼ਟਰਪਤੀ ਤੇ ਓਕੇ ਤੇ ਇਸ ਤੋਂ ਇਲਾਵਾ ਕਾਫੀ ਕੈਂਡੀਡੇਟ ਨੇ ਸੁਣੋਗੇ ਰਾਸ਼ਟਰਪਤੀ ਨੂੰ ਕਤਲ ਵੀ ਮਾਫ ਹੁੰਦਾ ਜੇ ਇਹ ਕਤਲ ਵੀ ਕਰ ਦੇਣ ਤਾਂ ਵੀ ਉਸ ਨੂੰ ਮਾਫੀ ਮਿਲ ਜਾਂਦੀ ਹੈ ਠੀਕ ਹੈ ਇਸ ਤੋਂ ਬਾਅਦ ਨੈਕਸਟ ਪੁਆਇੰਟ ਦੀ ਗੱਲ ਕਰ ਰਾਸ਼ਟਰਪਤੀ ਨੂੰ ਨਾ ਤਾਂ ਗ੍ਰਿਫਤਾਰ ਕੀਤਾ ਜਾ ਸਕਦਾ ਓਕੇ ਇਹ ਵੀ ਪੁਆਇੰਟ ਯਾਦ ਰੱਖਿਓ ਤੇ ਨਾ ਹੀ ਉਸ ਦੇ ਕਾਰਜਕਾਲ ਦੇ ਦੌਰਾਨ ਕਿਸੇ ਵੀ ਅਦਾਲਤ ਵਿੱਚ ਉਸ ਦੇ ਖਿਲਾਫ ਕੋਈ ਵੀ ਅਪਰਾਧਿਕ ਕਾਰਵਾਈ ਕੀਤੀ ਜਾ ਸਕਦੀ ਹੈ ਮਤਲਬ ਸਿੰਪਲ ਹੈ ਗ੍ਰਿਫਤਾਰੀ ਨਹੀਂ ਹੋ ਸਕਦਾ ਜੇ ਕੋਈ ਅਪਰਾਧਿਕ ਮਾਮਲਾ ਨਹੀਂ ਹੋ ਸਕਦਾ ਕਦੋਂ ਤੱਕ ਜਦੋਂ ਤੱਕ ਉਸ ਕਾਰਜਕਾਲ ਤੇ ਹੈ ਠੀਕ ਹੈ ਆਪਣੇ ਕਾਰਜਕਾਲ ਤੇ ਹੁਣ ਜੇ ਮੰਨ ਲਓ 5 ਸਾਲਾਂ ਦਾ ਰਾਸ਼ਟਰਪਤੀ ਦਾ ਟਾਈਮ ਸੀ ਉਹ ਸਮਾਪਤ ਹੋ ਗਿਆ ਉਸ ਤੋਂ ਬਾਅਦ ਜੇ ਕੋਈ ਚਾਵੇ ਕੇਸ ਪੁੱਟ ਕਰ ਉਸ ਟਾਈਮ ਹੋ ਸਕਦਾ ਹੈ ਬਟ ਜਦੋਂ ਤੱਕ ਇਹ ਆਪਣੇ ਡੂਟ ਕਿਤੇ ਨਹੀਂ ਰਾਸ਼ਟਰਪਤੀ ਦੇ ਪਦ ਤੇ ਨਹੀਂ ਹੈ ਨਾ ਉਦੋਂ ਤੱਕ ਕੋਈ ਕੇਸ ਨਹੀਂ ਹੋ ਸਕਦਾ ਤੇ ਇਸ ਤੋਂ ਬਾਅਦ ਨੈਕਸਟ ਪੁਆਇੰਟ ਦੀ ਗੱਲ ਕਰੀਏ ਉਸ ਦੇ ਖਿਲਾਫ ਸਿਵਲ ਕੇਸ ਸ਼ੁਰੂ ਕਰਨ ਤੋਂ ਪਹਿਲਾਂ 2 ਮਹੀਨਿਆਂ ਦਾ ਜਿਹੜਾ ਸਮੇਂ ਦਾ ਅਗਾਊ ਨੋਟਿਸ ਦਿੱਤਾ ਜਾਂਦਾ ਜਿਸ ਬਾਈਚਾਂਸ ਸਿਵਲ ਕੇਸ ਕਰੇ ਲੁਕੇਸ ਹੋ ਜਾਂਦਾ ਹੈ ਨਾ ਤਾਂ ਉਹ ਸ਼ੁਰੂ ਕਰਨ ਤੋਂ ਪਹਿਲਾਂ 2 ਮਹੀਨੇ ਪਹਿਲਾਂ ਨੋਟਿਸ ਜਾਰੀ ਕੀਤਾ ਜਾਂਦਾ ਤੇ ਜਿਸ ਵਿੱਚ ਡਿਸਾਈਡ ਕੀਤਾ ਜਾਂਦਾ ਹੈ ਕਿ ਇਹ ਕੇਸ ਹੋ ਸਕਦਾ ਹੈ ਮਤਲਬ ਇਹ ਨਹੀਂ ਹੋ ਸਕਦਾ ਠੀਕ ਹੈ ਸਵਾਦ ਗੱਲ ਕਰੀਏ ਰਾਸ਼ਟਰਪਤੀ ਦੇ ਕਾਰਜ ਅਤੇ ਸ਼ਕਤੀਆਂ ਇਹ ਵੀ ਇਗਜ਼ਾਮ ਵਿੱਚ ਬਹੁਤ ਵਾਰ ਪੁੱਛੇ ਜਾਂਦੇ ਜੀ ਰਾਸ਼ਟਰਪਤੀ ਦੇ ਕੀ ਕੰਮ ਨੇ ਤੇ ਕਿਹੜੇ-ਕਿਹੜੀਆਂ ਸ਼ਕਤੀਆਂ ਇਸ ਦੇ ਕੋਲ ਨੇ ਆਪਾਂ ਇਹਨਾਂ ਚੀਜ਼ਾਂ ਨੂੰ ਆਪਾਂ ਤਿੰਨ ਤਰੀਕੇ ਵਿੱਚ ਡਿਵਾਈਡ ਕਰਦੇ ਹਾਂ ਸਭ ਤੋਂ ਪਹਿਲਾਂ ਐਗਜ਼ੀਕਿਊਟਿਵ ਪਾਵਰਸ ਯਾਨੀ ਕਾਰਜਕਾਰੀ ਸ਼ਕਤੀਆਂ ਤੇ ਲੈਜਿਸਲੇਟਿਵ ਪਾਵਰਸ ਵਿਧਾਨਕ ਸ਼ਕਤੀਆਂ ਇਸ ਤੋਂ ਇਲਾਵਾ ਫਾਈਨੈਂਸ਼ੀਅਲ ਪਾਵਰਸ ਯਾਨੀ ਵਿੱਤੀ ਸ਼ਕਤੀਆਂ ਓਕੇ ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਨਾ ਐਗਜ਼ੀਕਿਊਟਿਵ ਪਾਵਰ ਯਾਨੀ ਕਾਰਜਕਾਰੀ ਸ਼ਕਤੀਆਂ ਬਾਰੇ ਆਪਾਂ ਮੀਨੀਮਲ ਪੁਆਇੰਟ ਡਿਸਕਸ ਕਰ ਲੈਨੇ ਆ ਇੱਕ ਗੱਲ ਹੋਰ ਦੋਸਤੋ ਜੇ ਵੀਡੀਓ ਤੁਹਾਨੂੰ ਬੈਨੀਫੀਸ਼ੀਅਲ ਲੱਗੇ ਨਾ ਪਲੀਜ਼ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੁਸੀਂ ਦੇਖੋ ਵੀਡੀਓ ਦੇਖਦੇ ਹੋ ਨਾ ਪਤ ਨਹੀਂ ਲਾਈਕ ਤੇ ਸਬਸਕ੍ਰਾਈਬ ਕਰਨ ਵਿੱਚ ਆਪਣਾ ਜਿਹੜਾ ਬਿਲ ਆਉਂਦਾ ਹੈ ਜਾਂ ਕੋਈ ਦਰਦ ਹੁੰਦਾ ਹੈ ਨਾ ਪੇਨਪੁਨ ਤਾਂ ਨਹੀਂ ਹੁੰਦਾ ਜਦੋਂ ਸਿਰਫ ਗੁੱਟੇ ਉਂਗਲੀ ਜਾਂ ਗੁੱਟ ਨੂੰ ਥੋੜਾ ਜਿਹਾ ਹਿਲਾਉਣਾ ਵੀਡੀਓ ਲਾਈਕ ਜ਼ਰੂਰ ਕਰ ਦਿਆ ਕਰੋ ਇਸ ਨਾਲ ਕੀ ਮੈਨੂੰ ਵੀ ਮੋਟੀਵੇਟ ਹੁੰਦੀ ਹੈ ਤੇ ਥੋੜਾ ਜਿਹਾ ਐ ਹੁੰਦਾ ਵੀ ਹੋਰ ਵੀ ਤੁਹਾਨੂੰ ਮੈਂ ਚੰਗੀ ਚੰਗੀ ਸਟੱਡੀ ਮਟੀਰੀਅਲ ਪ੍ਰੋਵਾਈਡ ਕਰਵਾਵਾਂ ਤਾਂ ਪਲੀਜ਼ ਰਿਕਵੈਸਟ ਹੈ ਤੇ ਆਈ ਹੋਪ ਜਿੰਨੇ ਚੈਨਲ ਨੂੰ ਸਬਸਕ੍ਰਾਈਬ ਉਹਨਾਂ ਨੇ ਜਰੂਰ ਕੀਤਾ ਹੋਵੇਗਾ ਤੇ ਵੀਡੀਓ ਨੂੰ ਲਾਈਕ ਵੀ ਜਰੂਰ ਕਰ ਲਿਓ ਓਕੇ ਤੇ ਗੱਲ ਕਰੀਏ ਹੁਣ ਆਪਾਂ ਐਗਜ਼ੀਕਿਊਟਿਵ ਪਾਵਰ ਆਫ ਪ੍ਰੈਜ਼ੀਡੈਂਟ ਇੰਡੀਆ ਭਾਰਤ ਦੇ ਰਾਸ਼ਟਰਪਤੀ ਦੀਆਂ ਕਾਰਜਕਾਰੀ ਸ਼ਕਤੀਆਂ ਕੀ ਡਿੰਗੜੀਆਂ ਨੇ ਸਭ ਤੋਂ ਪਹਿਲਾਂ ਪੁਆਇੰਟ ਡਿਸਕਸ ਕਰੀਏ ਕੇਂਦਰ ਸਰਕਾਰ ਦੇ ਸਾਰੇ ਫੈਸਲਿਆਂ ਬਾਰੇ ਪ੍ਰਧਾਨ ਮੰਤਰੀ ਵੱਲੋਂ ਉਹਨਾਂ ਨੂੰ ਸੁਜਿਤ ਕੀਤਾ ਜਾਂਦਾ ਹੈ ਠੀਕ ਹੈ ਪ੍ਰਧਾਨ ਮੰਤਰੀ ਹੈ ਜੋ ਇਹ ਆਪਣਾ ਦੇਸ਼ ਦਾ ਪ੍ਰਧਾਨ ਮੰਤਰੀ ਹੈ ਪ੍ਰੈਜ਼ੀਡੈਂਟ ਪ੍ਰੈਜ਼ੀਡੈਂਟ ਨਾਲ ਡਿਸਕਸ ਕਰਦਾ ਕੋਈ ਵੀ ਸਰਕਾਰੀ ਜਾਂ ਕੇਂਦਰੀ ਸਰਕਾਰ ਦਾ ਸਲਾਹ ਲੈਣਾ ਹੈ ਤਾਂ ਠੀਕ ਹੈ ਇਸ ਤੋਂ ਬਾਅਦ ਪੁਆਇੰਟ ਨੰਬਰ 2 ਦੀ ਗੱਲ ਕਰੀਏ ਸਾਰੇ ਕੰਮ ਪ੍ਰਧਾਨ ਮੰਤਰੀ ਦੀ ਸਲਾਹ ਤੇ ਪ੍ਰਧਾਨ ਮੰਤਰੀ ਸਲਾਹ ਦਿੰਦਾ ਹੈ ਰਾਸ਼ਟਰਪਤੀ ਨੂੰ ਤੇ ਰਾਸ਼ਟਰਪਤੀ ਦੁਆਰਾ ਕੀਤੇ ਜਾਂਦੇ ਜਿਵੇਂ ਕਿ ਬਿੱਲ ਪਾਸ ਕਰਾਉਣਾ ਐਕਟ ਪਾਸ ਕਰਾਉਣੇ ਹਨ ਪਹਿਲਾਂ ਪ੍ਰਧਾਨ ਮੰਤਰੀ ਸਦਸਦ ਵਿੱਚ ਜਿਹੜੇ ਵੀ ਹੁੰਦੇ ਨੇ ਨਾ ਸਦਸਦ ਦੇ ਮੈਂਬਰ ਇਹ ਕੋਈ ਬਿੱਲ ਬਣਾ ਲੈਂਦੇ ਨੇ ਫਿਰ ਕੀ ਕਰਦੇ ਨੇ ਇਹ ਰਾਸ਼ਟਰਪਤੀ ਤੋਂ ਸਿਗਨੇਚਰ ਯਾਨੀ ਸਲਾਹ ਲੈਣ ਜਾਂਦੇ ਨੇ ਠੀਕ ਹੈ ਰਾਸ਼ਟਰਪਤੀ ਮਨਾਂ ਨਹੀਂ ਕਰ ਸਕਦਾ ਜਾਂ ਸਾਈਨ ਕਰਨ ਤੋਂ ਮਨਾਂ ਨਹੀਂ ਕਰ ਸਕਦਾ राष्ट्रपति ਨੂੰ ਵਾ ਫਾਰਮੈਲਟੀ ਪੂਰੀ ਕਰਨੀ ਹੁੰਦੀ ਹੈ ਤੇ ਉਹ ਸਿਗਨੇਚਰ ਕਰਕੇ ਕੋਈ ਵੀ ਐਕਟ ਜਾਂ ਬਿਲ ਪਾਸ ਕਰ ਦਿੰਦਾ ਠੀਕ ਹੈ ਇਸ ਤੋਂ ਬਾਅਦ ਨੈਕਸਟ ਪੁਆਇੰਟ ਦੀ ਗੱਲ ਕਰੀਏ ਕੇਂਦਰੀ ਮੰਤਰੀ ਪ੍ਰਸ਼ਾਸਨ ਦੀ ਸਲਾਹ ਅਤੇ ਉਸ ਦੁਆਰਾ ਨਿਯੁਕਤ ਕੀਤੇ ਗਏ ਸਾਰੇ ਅਧਿਕਾਰੀ ਸਾਰੇ ਅਧਿਕਾਰੀ ਮੈਨੇ ਜਿਹੜੇ ਉੱਚ ਅਧਿਕਾਰੀ ਹੁੰਦੇ ਨੇ ਜਿਹੜੇ ਕਿ ਆਪਣੇ ਰਾਸ਼ਟਰਪਤੀ ਦੁਆਰਾ ਜਿਵੇਂ ਰਾਜਪਾਲ ਤੇ ਰਾਜਦੂਤ ਹੁਣ ਰਾਜਪਾਲ ਤੇ ਰਾਜਦੂਤ ਕਿੰਨੇ ਕੈਂਡੀਡੇਟਾਂ ਨੂੰ ਪਤਾ ਨਹੀਂ ਹੋਊਗਾ ਦੇਖੋ ਅਦਰ ਕੰਟਰੀ ਵਿੱਚ ਭਾਰਤ ਵੱਲੋਂ ਇੱਕ ਬੰਦਾ ਅਪੁਆਇੰਟ ਕੀਤਾ ਜਾਂਦਾ ਠੀਕ ਹੈ ਉਸਨੂੰ ਰਾਜਪਾਲ ਜਾਂ ਰਾਜਦੂਤ ਦੇ ਨਾਮ ਨਾਲ ਜਾਣਿਆ ਜਾਂਦਾ ਠੀਕ ਹੈ ਤਾਂ ਇਹ ਜਿਹੜੇ ਸਾਰੇ ਉੱਚ ਅਧਿਕਾਰੀ ਹੁੰਦੇ ਨੇ ਉਹਨਾਂ ਨੂੰ ਹਟਾ ਵੀ ਸਕਦਾ ਹੈ ਰਾਸ਼ਟਰਪਤੀ ਜੀ ਰਾਤੀ ਉਹਨਾਂ ਨੂੰ ਵਾਪਸ ਵੀ ਆਪਣੇ ਦੇਸ਼ ਬੁਲਾ ਸਕਦਾ ਹੈ ਕਿ ਤੁਹਾਡਾ ਟਾਈਮ ਓਵਰ ਹੋ ਗਿਆ ਠੀਕ ਹੈ ਇਸ ਤੋਂ ਬਾਅਦ ਨੈਕਸਟ ਪੁਆਇੰਟ ਦੀ ਗੱਲ ਕਰੀਏ ਰਾਸ਼ਟਰਪਤੀ ਯੁੱਧ ਦਾ ਐਲਾਨ ਕਰ ਸਕਦਾ ਹੈ ਤੇ ਯੁੱਧ ਹੋਣ ਤੋਂ ਬਾਅਦ ਸ਼ਾਂਤੀ ਦਾ ਐਲਾਨ ਵੀ ਕਰ ਸਕਦਾ ਠੀਕ ਹੈ ਰਾਸ਼ਟਰਪਤੀ ਦੇ ਕੋਲ ਇਹਨੀ ਪਾਵਰ ਹੁੰਦੀ ਹੈ ਕਿ ਕਦੇ ਵੀ ਐਮਰਜੈਂਸੀ ਘੋਸ਼ਿਤ ਕਰ ਸਕਦਾ ਹੈ ਇਸ ਤੋਂ ਇਲਾਵਾ ਨੈਕਸਟ ਪੁਆਇੰਟ ਨਿਕਾਲ ਕੇ ਰਾਸ਼ਟਰਪਤੀ ਹਥਿਆਰਮੰਦ ਬਲਾਂ ਨੂੰ ਸੁੱਕਿਆ ਨਹੀਂ ਜਿਹੜੇ ਆਪਣੀ ਹਥਿਆਰਬੰਦ ਹਥਿਆਰ ਹੁੰਦੇ ਨੇ ਜਿਹੜੀ ਵੀ ਆਪਣੀ ਸੁਰੱਖਿਆਵਾਂ ਜਿਹੜੀ ਸੈਨਾਵਾਂ ਹੁੰਦੀਆਂ ਨਾ ਉਹਨਾਂ ਦਾ ਸੁਪਰੀਮ ਕਮਾਂਡਰ ਹੁੰਦਾ ਠੀਕ ਹੈ ਐਗਜ਼ਾਮ ਵਿੱਚ ਇਹ ਪੁਆਇੰਟ ਬਹੁਤ ਵਾਰ ਰਿਪੀਟ ਹੋਇਆ ਤੇ ਯਾਦ ਰੱਖਿਓ ਸੁਪਰੀਮ ਕਮਾਂਡਰ ਕੌਣ ਹੁੰਦਾ ਰਾਸ਼ਟਰਪਤੀ ਹੁੰਦਾ ਆਪਣੇ ਤਿੰਨੇ ਸੈਨਾਵਾਂ ਦਾ ਜਿਹੜੀ ਥਲ ਸੈਨਾ ਹੋਗੀ ਓਕੇ ਜਲ ਸੈਨਾ ਹੋਗੀ ਬਾਇਓ ਸੈਨਾ ਹੋਗੀ ਤੇ ਇਹਨਾਂ ਦੇ ਮੁਖੀਆ ਮੁਖੀ ਹੁੰਦੇ ਨੇ ਜਿਹੜੇ ਕਮਾਂਡਰਸ ਹੁੰਦੇ ਨੇ ਨਾ ਉਹਨਾਂ ਨੂੰ ਨਿਯੁਕਤ ਕੌਣ ਕਰਦਾ ਰਾਸ਼ਟਰਪਤੀ ਹੀ ਨਿਯੁਕਤ ਕਰਦਾ ਹੈ ਇਸ ਤੋਂ ਬਾਅਦ ਨੈਕਸਟ ਪੁਆਇੰਟ ਦੀ ਗੱਲ ਕਰੀਏ ਰਾਸ਼ਟਰਪਤੀ ਅਟਰਨੀ ਅਟਰਨਾਏ ਜਰਨਲ ਅਤੇ ਭਾਰਤ ਦੇ ਕੰਟਰੋਲਰ ਅਡੀਟਰ ਜਨਰਲ ਅਤੇ ਮੁੱਖ ਚੋਣ ਕਮਿਸ਼ਨਰ ਇਹ ਪੁਆਇੰਟ ਇਗਜ਼ਾਮ ਵਿੱਚ ਪੁੱਛਿਆ ਜਾ ਚੁੱਕਿਆ ਯਾਦ ਰੱਖਿਓ ਕਿ ਭਾਰਤ ਦਾ ਜਿਹੜਾ ਮੁੱਖ ਚੋਣ ਕਮਿਸ਼ਨ ਹੁੰਦਾ ਉਹ ਕਿਸ ਵੱਲੋਂ ਨਿਯੁਕਤ ਕੀਤਾ ਜਾਂਦਾ ਯਾਦ ਰੱਖਿਓ ਰਾਸ਼ਟਰਪਤੀ ਦੁਆਰਾ ਹੀ ਇਹ ਨਿਯੁਕਤ ਕੀਤਾ ਜਾਂਦਾ ਹੈ ਇਸ ਤੋਂ ਬਾਅਦ ਨੈਕਸਟ ਪੁਆਇੰਟ ਦੀ ਗੱਲ ਕਰੀਏ ਉਹ ਜਿਹੜਾ ਰਾਸ਼ਟਰਪਤੀ ਹੈ ਰਾਜਾਂ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲੈਫਟੀਨੈਂਟ ਗਵਰਨਰ ਨੂੰ ਨਿਯੁਕਤ ਕਰਦਾ ਐਥੇ ਦੇਖੋ ਕਿੰਨੀ ਵਧੀਆ ਚੀਜ਼ ਸਿੱਖਣ ਨੂੰ ਮਿਲਿਆ ਰਾਜਾਂ ਵਿੱਚ ਜਿਹੜੇ ਰਾਜ ਹੁੰਦੇ ਨੇ ਸਟੇਟ ਹੁੰਦੇ ਉਹਨਾਂ ਵਿੱਚ ਰਾਜਪਾਲ ਨਿਯੁਕਤ ਹੁੰਦੇ ਨੇ ਇਹ ਗੱਲ ਮੈਨੂੰ ਵੀ ਨਹੀਂ ਪਤਾ ਸੀ ਬਟ ਅੱਜ ਥੋੜਾ ਧਿਆਨ ਨਾਲ ਪੜਿਆ ਤਾਂ ਪਤਾ ਲੱਗਿਆ ਰਾਜਾਂ ਦੇ ਵਿੱਚ ਜਿਹੜੇ ਵੀ ਸਟੇਟ ਨੇ ਪੰਜਾਬ ਹਰਿਆਣਾ ਹਿਮਾਚਲਨਾ ਇਨ੍ਹਾਂ ਵਿੱਚ ਰਾਜਪਾਲ ਨਿਯੁਕਤ ਹੁੰਦੇ ਨੇ ਜਿਹੜੀ ਯੂਨੀਅਨ ਟੈਰੀਟਰੀ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਉਹਨਾਂ ਵਿੱਚ ਕੀ ਹੁੰਦਾ ਰਾਜਪਾਲ ਦੀ ਜਗ੍ਹਾ ਤੇ ਲੈਫਟੀਨੈਂਟ ਗਵਰਨਰ ਨਿਯੁਕਤ ਕੀਤੇ ਜਾਂਦੇ ਨੇ ਗਵਰਨਰ ਨਿਯੁਕਤ ਕੀਤੇ ਜਾਂਦੇ ਨੇ ਠੀਕ ਹੈ ਇਹ ਪੁਆਇੰਟ ਵੀ ਯਾਦ ਤੇ ਨੁਕਤ ਕੌਣ ਕਰਦਾ ਹੈ ਪ੍ਰੈਜ਼ੀਡੈਂਟ ਦੁਆਰਾ ਹੀ ਕੀਤੇ ਜਾਂਦੇ ਨੇ ਤੇ ਅਜਿਹੀ ਸਾਰੀਆਂ ਨੁਕਤੀਆਂ ਕੇਂਦਰ ਮੰਤਰੀ ਮੰਡਲ ਦੀ ਸਲਾਹ ਨਾਲ ਇਹ ਜਿਹੜਾ ਰਾਸ਼ਟਰਪਤੀ ਹੈ ਕਰ ਸਕਦਾ ਓਕੇ ਇਸ ਤੋਂ ਬਾਅਦ ਹੁਣ ਆਪਾਂ ਗੱਲ ਕਰੀਏ ਲੈਜਿਸਲੇਟਿਵ ਪਾਵਰ ਆਫ ਪ੍ਰੈਜ਼ੀਡੈਂਟ ਆਫ ਇੰਡੀਆ ਭਯਾ ਭਾਰ ਦੇ ਰਾਸ਼ਟਰਪਤੀ ਦਾ ਵਿਧਾਨਿਕ ਸ਼ਕਤੀਆਂ ਵੀ ਵਿਧਾਨਕ ਤੌਰ ਤੇ ਕਿਹੜੀ ਕਿਹੜੀ ਸ਼ਕਤੀਆਂ ਹੁੰਦੀਆਂ ਨੇ ਰਾਸ਼ਟਰਪਤੀ ਕੋਲੇ ਸਭ ਤੋਂ ਪਹਿਲਾਂ ਪੁਆਇੰਟ ਡਿਸਕਸ ਕਰੀਏ ਰਾਸ਼ਟਰਪਤੀ ਸਦਨ ਦੀ ਦੋਹੇ ਸਦਨਾਂ ਨੂੰ ਸੰਮਨ ਭੇਜ ਭੇਜਦਾ ਅਤੇ ਮੁਤਲਬੀ ਵੀ ਕਰ ਸਕਦਾ ਠੀਕ ਹੈ ਉਹ ਸਾਲ ਵਿੱਚੋਂ ਘੱਟੋ ਘੱਟ ਦੋ ਵਾਰ ਸਸਦਨ ਨੂੰ ਸੰਮਨ ਭੇਜ ਸਕਦਾ ਹੈ ਅਤੇ ਦੋ ਸਾਲ ਦੋ ਸੈਸ਼ਨਾਂ ਦੇ ਵਿਚਕਾਰ ਘੱਟੋ ਘੱਟ 6 ਮਹੀਨਿਆਂ ਦਾ 6 ਮਹੀਨਿਆਂ ਤੋਂ ਵੱਧ ਦਾ ਸਮਾਂ ਹੋਣਾ ਚਾਹੀਦਾ ਠੀਕ ਹੈ ਬਦਨੀ ਹੋ ਸਕਦਾ ਬੰਦਰੀ 6 ਮਹੀਨਿਆਂ ਤੋਂ ਬਾਅਦ ਹੀ ਸੈਕਿੰਡ ਸੰਮਨ ਭੇਜ ਸਕਦਾ ਠੀਕ ਹੈ ਸਸਦਨ ਯਾਨੀ ਪਾਰਲੀਮੈਂਟ ਵਿੱਚ ਠੀਕ ਹੈ ਇਹ ਪੁਆਇੰਟ ਵੀ ਕਾਫੀ ਇੰਪੋਰਟੈਂਟ ਹੈ ਐਗਜ਼ਾਮ ਦੇ ਪੁਆਇੰਟ ਆਫ 뷰 ਨਾਲ ਦੇਖੀਏ ਥੋੜਾ ਜਿਹਾ ਯਾਦ ਕਰਨ ਦੀ ਕੋਸ਼ਿਸ਼ ਕਰੋ ਲਿਖ ਲਓ इजीली ਮਾਈਂਡ ਵਿੱਚ ਸੈੱਟ ਹੋ ਜਾਵੇਗਾ ਓਕੇ ਇਸ ਤੋਂ ਬਾਅਦ ਨੈਕਸਟ ਪੁਆਇੰਟ ਦੀ ਗੱਲ ਕਰੀ ਰਾਸ਼ਟਰਪਤੀ ਕੋਲ ਪ੍ਰਧਾਨ ਮੰਤਰੀ ਦਿਸ ਪਾਰਸ ਤੇ ਲੋਕ ਸਭਾ ਦਾ ਜਿਹੜਾ ਕਾਰਜਕਾਲ ਖਤਮ ਹੋਣ ਤੋਂ ਪਹਿਲਾਂ ਪੰਗ ਕਰਨ ਦੀ ਸ਼ਕਤੀ ਹੁੰਦੀ ਹੈ ਦੇਖ ਲਓ ਜਿਹੜਾ ਰਾਸ਼ਟਰਪਤੀ ਹੈ ਜੇ ਪ੍ਰਧਾਨ ਮੰਤਰੀ ਕਹਵੇ ਰਾਸ਼ਟਰਪਤੀ ਨੂੰ ਕਿ ਇਸ ਲੋਕ ਸਭਾ ਦਾ ਜਿਹੜਾ ਸੈਸ਼ਨ ਹੈ ਇਸ ਨੂੰ ਖਤਮ ਕਰ ਦਿਓ ਠੀਕ ਹੈ ਪੰਗ ਕਰ ਦਿਓ ਤਾਂ ਰਾਸ਼ਟਰਪਤੀ ਸਿਗਨੇਚਰ ਕਰੇਗਾ ਤੇ ਲੋਕ ਸਭਾ ਜਿਹੜੀ ਪੰਗ ਹੋ ਜਾਵੇਗੀ ਕਾਰਜਕਾਲ ਜਿਹਦਾ ਖਤਮ ਹੋ ਜਾਊਗਾ ਓਕੇ ਸੋ ਅਗਲੇ ਨੈਕਸਟ ਪੁਆਇੰਟ ਦੀ ਗੱਲ ਕਰੀਏ ਰਾਸ਼ਟਰਪਤੀ ਨੇ ਸਾਹਿਤ ਵਿਗਿਆਨ ਕਲਾ ਸਮਾਜ ਸੇਵਾ ਅਤੇ ਖੇਤਰ ਵਿੱਚ ਵਿਸ਼ੇਸ਼ ਗਿਆਨ ਰੱਖਣ ਵਾਲੇ ਵਿਅਕਤੀਆਂ ਵਿੱਚੋਂ 12 ਮੈਂਬਰ ਰਾਜ ਸਭਾ ਵਿੱਚ ਆਪਣੇ ਵੱਲੋਂ ਨਾਮਜ਼ਦ ਕਰ ਸਕਦਾ ਹੈ ਦੇਖੋ ਇਹ ਵੀ ਸਬ ਇੰਸਪੈਕਟਰ ਦੇ ਇਗਜ਼ਾਮ ਵਿੱਚ ਆਇਆ ਸੀ ਕਿਸੇ ਕੈਂਡੀਡੇਟ ਨੇ ਮੈਨੂੰ ਇਹ ਸੈਂਡ ਕੀਤਾ ਸੀ ਕੁਐਸਚਨ ਤੇ ਇਹ ਐਜ਼ ਇਟ ਕੁਐਸਚਨ ਆਇਆ ਸੀ ਕਿ ਰਾਸ਼ਟਰਪਤੀ ਵੱਲੋਂ ਰਾਜ ਸਭਾ ਵਿੱਚ ਕਿੰਨੇ ਮੈਂਬਰ ਚੁਣ ਸਕਦਾ ਹੈ ਰਾਸ਼ਟਰਪਤੀ ਕਿੰਨੇ ਮੈਂਬਰ ਆਪਣੇ ਰਾਜ ਸਭਾ ਵਿੱਚ ਚੁਣ ਸਕਦਾ ਤੇ ਯਾਦ ਰੱਖਿਓ 12 ਮੈਂਬਰ ਚੁਣ ਸਕਦਾ ਠੀਕ ਹੈ ਰਾਸ਼ਟਰਪਤੀ ਆਪਣੇ ਵੱਲੋਂ ਨਾਮਜ਼ਦ ਕਰ ਸਕਦਾ ਹੈ ਓਕੇ ਇਸ ਤੋਂ ਇਲਾਵਾ ਰਾਸ਼ਟਰਪਤੀ ਐਗਲੋ ਇੰਡੀਅਨ ਪਾਈਚਾਰੇ ਦੇ ਦੋ ਮੈਂਬਰ ਲੋਕ ਸਭਾ ਲਈ ਵੀ ਨਾਮਜ਼ਦ ਕਰ ਸਕਦਾ ਹੈ ਦੋ ਮੈਂਬਰ ਲੋਕ ਸਭਾ ਵਿੱਚ ਕੀ ਹੈ ਐਗਲੋ ਇੰਡੀਅਨ ਇਹਨਾਂ ਦਾ ਕੀ ਹੈ ਕੋਟਾ ਹੁੰਦਾ ਐਗਲੋ ਇੰਡੀਅਨਸ ਹੁੰਦੇ ਨੇ ਤਾਂ ਦੋ ਜਿਹੜੇ ਮੈਂਬਰ ਇਹਨਾਂ ਨੇ ਰੱਖਣੇ ਹੁੰਦੇ ਨੇ ਲੋਕ ਸਭਾ ਵਿੱਚ ਉਹ ਰਾਸ਼ਟਰਪਤੀ ਚੁਣ ਸਕਦਾ ਠੀਕ ਹੈ ਇਸ ਤੋਂ ਇਲਾਵਾ ਨੋਨ ਬਿਲ ਮਨੀ ਠੀਕ ਹੈ ਨੋਨ ਬਿਲ ਮਨੀ ਤੇ ਲੋਕ ਸਭਾ ਅਤੇ ਰਾਜ ਸਭਾ ਦੇ ਵਿਚਾਲੇ ਜੀ ਅਸਹਿਮਤੀ ਹੁੰਦੀ ਹੈ ਕੋਈ ਵੀ ਨੋਨ ਬਿਲ ਨੋਨ ਮਨੀ ਬਿਲ ਹੈ ਜੇ ਲੋਕ ਸਭਾ ਅਤੇ ਰਾਜ ਸਭਾ ਵਿੱਚ મત ਭੇਦ ਹੁੰਦੇ ਨੇ ਕਿ ਇਹ ਸਹੀ ਨਹੀਂ ਹੈ ਜਾਂ ਇਹ ਪਾਸ ਨਹੀਂ ਹੋਣਾ ਚਾਹੀਦਾ ਨਾ ਨੋਰਮਨੀ ਬਿਲ ਤਾਂ ਉਸ ਅਸਹਿਮਤੀ ਦੇ ਤੌਰ ਤੇ ਜੇ ਸਹਿਮਤੀ ਦੋਨਾਂ ਵਿੱਚਕਾਰ ਹੈ ਨਹੀਂ ਮਤਲਬ ਕਿ ਨਾ ਤਾਂ ਲੋਕ ਸਭਾ ਮੰਨਦੀ ਹੈ ਨਾ ਰਾਜ ਸਭਾ ਮੰਨਦੀ ਹੈ ਨਾ ਲੋਕ ਸਭਾ ਕਹਿੰਦੀ ਹੈ ਅਸੀਂ ਇਹ ਨੋਨ ਮਨੀ ਬਿਲ ਪਾਸ ਕਰਉਣਾ ਹੈ ਰਾਜ ਸਭਾ ਕਹਿੰਦੀ ਹੈ ਵੀ ਨਹੀਂ ਇਹ ਪਾਸ ਨਹੀਂ ਹੋਣਾ ਚਾਹੀਦਾ ਇਹ ਸਹੀ ਨਹੀਂ ਤਾਂ ਇਸ ਸਿਚੁਏਸ਼ਨ ਵਿੱਚ ਕੀ ਹੈ ਰਾਸ਼ਟਰਪਤੀ ਸੱਸਨ ਦੇ ਦੋਹਾਂ ਸਦਨਾਂ ਨੂੰ ਸਾਂਝੀ ਬੈਠਕ ਟੂ ਟਾਈਮ ਬੁਲਾ ਸਕਦਾ ਹੈ ਲੋਕ ਸਭਾ ਤੇ ਰਾਜ ਸਭਾ ਦੀ ਦੋਹੇ ਸਦਨਾਂ ਦੀ ਸਾਂਝੀ ਬੈਠਕ ਬੁਲਾ ਸਕਦਾ ਹੈ ਇਹ ਪਾਵਰ ਹੁੰਦੀ ਹੈ ਰਾਸ਼ਟਰਪਤੀ ਕੋਲੇ ਓਕੇ ਇਸ ਬਾਅਦ ਨੈਕਸਟ ਪੁਆਇੰਟ ਡਿਸਕਸ ਕਰੀਏ ਸੱਸਨ ਦੁਆਰਾ ਪਾਸ ਕੀਤੇ ਗਏ ਹਰੇਕ ਬਿਲ ਨੂੰ ਰਾਸ਼ਟਰਪਤੀ ਦੀ ਅਸਹਿਮਤੀ ਲਈ ਭੇਜਿਆ ਜਾਂਦਾ ਠੀਕ ਹੈ ਰਾਸ਼ਟਰਪਤੀ ਦੇ ਸਿਗਨੇਚਰ ਜ਼ਰੂਰੀ ਹੈ ਠੀਕ ਹੈ ਜ਼ਰੂਰੀ ਹੈ ਬਟ ਰਾਸ਼ਟਰਪਤੀ ਕਦੇ ਵੀ ਜੇ ਰਾਸ਼ਟਰਪਤੀ ਨੂੰ ਬਿਲ ਪਸੰਦ ਨਹੀਂ ਹੈ ਨਾ ਫਿਰ ਵੀ ਉਹ ਮਨਾਨਾ ਨਹੀਂ ਕਰ ਸਕਦਾ ਉਹਨੂੰ ਸਿਗਨੇਚਰ ਕਰਨੇ ਹੀ ਪੈਂਦੇ ਇਹ ਰਾਸ਼ਟਰਪਤੀ ਜਿਹੜਾ ਨਾਮਾਤਰ ਸਸ਼ਕੁੰਦਰ ਇਕਤਰਾ ਐਗਜ਼ਾਮ ਵਿੱਚ ਇੱਕ ਛੋਟਾ ਜਿਹਾ ਪੁਆਇੰਟ ਪੁੱਛਿਆ ਜਾਂਦਾ ਹੈ ਕਿ ਆਪਣਾ ਜਿਸਮੇ ਭਾਰਤ ਹੈ ਭਾਰਤ ਦਾ ਪਹਿਲਾ ਵਿਅਕਤੀ ਕੌਣ ਹੁੰਦਾ ਤਾਂ ਰਾਸ਼ਟਰਪਤੀ ਹੀ ਭਾਰਤ ਦਾ ਪਹਿਲਾ ਵਿਅਕਤੀ ਮੰਨਿਆ ਜਾਂਦਾ ਓਕੇ ਤੇ ਰਾਸ਼ਟਰਪਤੀ ਆਪਣੀ ਸਹਿਮਤੀ ਦੇ ਸਕਦਾ ਹੈ ਜਾਂ ਸਸੰਦ ਦੇ ਪੁਨਰ ਵਿਚਾਰ ਲਈ ਇਸ ਨੂੰ ਇੱਕ ਵਾਰ ਵਾਪਿਸ ਕਰ ਸਕਦਾ ਜੇ ਹੁਣ ਜਿਵੇਂ ਕੋਈ ਸਸੰਦ ਨੇ ਕੋਈ ਬਿੱਲ ਪਾਸ ਕਰ ਦਿੱਤਾ ਉਹ ਰਾਸ਼ਟਰਪਤੀ ਕੋਲੇ ਭੇਜ ਦਿੱਤਾ ਠੀਕ ਹੈ ਰਾਸ਼ਟਰਪਤੀ ਨੂੰ ਜੇ ਪਸੰਦ ਨਹੀਂ ਆ ਬਈ ਇਸ ਵਿੱਚ ਕ Correction ਕਰੋ ਇਸ ਵਿੱਚ ਸੁਧਾਰ ਕਰੋ ਤਾਂ ਉਹ ਵਾਪਸ ਸਸੰਦ ਨੂੰ ਵਾਪਸ ਸਸੰਦ ਨੂੰ ਜਿਹੜਾ ਹੈ ਬਿਲ ਪੇਸ਼ ਸਕਦਾ ਹੈ ਬਟ ਦੁਬਾਰਾ ਜੇ ਵਾਪਸ ਰਾਸ਼ਟਰਪਤੀ ਕੋਲ ਆ ਜਾਂਦਾ ਹੈ ਬਈ ਸਸੰਦ ਚੈੱਕ ਕਰ ਲੈਂਦੀ ਹੈ ਵੀ ਕੋਈ ਪ੍ਰੋਬਲਮ ਨਹੀਂ ਹੈ ਇਸ ਤੇ ਇਸ ਨੂੰ ਪਾਸ ਕਰੋ ਜੇ ਦੁਬਾਰਾ ਰਾਸ਼ਟਰਪਤੀ ਕੋਲ ਵਾਪਸ ਆ ਜਾਂਦਾ ਹੈ ਬਿਲ ਹਨਾ ਤਾਂ ਰਾਸ਼ਟਰਪਤੀ ਨੂੰ ਆਪਣੀ ਸਹਿਮਤੀ ਦੇਣੀ ਹੀ ਪੈਂਦੀ ਹੈ ਮਰ ਨਹੀਂ ਕਰ ਸਕਦਾ ਆਪਣੇ ਸਿਗਨੇਚਰ ਕਰਨੀ ਹੀ ਪੈਂਦੇ ਨੇ ਠੀਕ ਹੈ ਇਸ ਤੋਂ ਬਾਅਦ ਨੈਕਸਟ ਪੁਆਇੰਟ ਦੀ ਡਿਸਕਸ ਕਰੀਏ ਉਹਦੇ ਸਹਿਮਤੀ ਤੋਂ ਬਿਨਾ ਕੋਈ ਵੀ ਬਿਲ ਇਹ ਕਾਨੂੰਨ ਨਹੀਂ ਪਾਸ ਹੁੰਦਾ ਠੀਕ ਹੈ ਕਾਨੂੰਨ ਵਿੱਚ ਸੁਧਾਰ ਕਰਨੇ ਨੇ ਜਾਂ ਕੋਈ ਬਜਟ ਪੇਸ਼ ਕਰਨਾ ਹੈ ਤਾਂ ਉਸ ਤੇ ਕੀ ਹੈ ਰਾਸ਼ਟਰਪਤੀ ਦੇ ਸਿਨਚਰ ਹੋਣੀ ਜ਼ਰੂਰੀ ਨਹੀਂ ਇਸ ਤੋਂ ਬਾਅਦ ਫਾਈਨੈਂਸ਼ੀਅਲ ਪਾਵਰਸ ਆਫ ਪ੍ਰੈਜ਼ੀਡੈਂਟ ਦੀ ਗੱਲ ਕਰੀਏ ਰਾਸ਼ਟਰਪਤੀ ਦੀ ਵਿੱਤ ਸ਼ਕਤੀਆਂ ਦੀ ਗੱਲ ਕਰੀਏ ਤਾਂ ਸਾਰੇ ਮਨੀ ਬਿਲ ਹੁੰਦੇ ਨੇ ਰਾਸ਼ਟਰਪਤੀ ਦੀ ਮਨਜ਼ੂਰੀ ਨਾਲ ਹੀ ਲੋਕ ਸਭਾ ਵਿੱਚ ਪੇਸ਼ ਕੀਤੇ ਜਾਂਦੇ ਨੇ ਰਾਸ਼ਟਰਪਤੀ ਮਨਜ਼ੂਰੀ ਦੇਵੇਗਾ ਤਾਂ ਹੀ ਲੋਕ ਸਭਾ ਵਿੱਚ ਮਨੀ ਬਿਲ ਪੇਸ਼ ਹੋਵੇ ਲੋਕ ਸਭਾ ਦੇ ਸੈਸ਼ਨ ਵਿੱਚ ਹੋ ਕੇ ਇਸ ਤੋਂ ਬਾਅਦ ਨੈਕਸਟ ਪੁਆਇੰਟ ਦੀ ਗੱਲ ਕਰੀਏ ਰਾਸ਼ਟਰਪਤੀ ਆਪਾ ਹਰ ਦਾ ਸੰਕਟ ਕਾਲੀਨ ਫੰਡ ਹੁੰਦਾ ਹੈ ਮਤਲਬ ਕਿ ਕਿਸੇ ਵੀ ਸਟੇਟ ਤੇ ਜਾਂ ਕਿਸੇ ਕੋਈ ਵੀ ਸਰਕਾਰ ਐਗਜ਼ੈਂਪਲ ਦੇ ਤੌਰ ਤੇ ਪੰਜਾਬ ਤੇ ਹੈ ਜਾਂ ਜੇ ਕੋਈ ਆਪਤਾ ਆ ਜਾਂਦੀ ਹੈ ਜਾਂ ਪ੍ਰੋਬਲਮ ਆ ਜਾਂਦੀ ਹੈ ਤਾਂ ਰਾਸ਼ਟਰਪਤੀ ਦੇ ਹੱਥ ਵਿੱਚ ਕਿਹੋਂ ਦਾ ਸੰਕਟ ਕਾਲੀਨ ਫੰਡ ਹੁੰਦਾ ਹੈ ਇਹ ਪੁਆਇੰਟ ਵੀ ਕਾਫੀ ਇੰਪੋਰਟੈਂਟ ਐ ਐਗਜ਼ਾਮ ਵਿੱਚ ਪੁੱਛਿਆ ਜਾ ਸਕਦਾ ਓਕੇ ਤੇ ਸੰਕਟ ਕਾਲੀਨ ਫੰਡ ਹੁੰਦਾ ਹੈ ਇਹ ਫੰਡ ਕਦੋਂ ਯੂਜ਼ ਕਰ ਸਕਦਾ ਹੈ ਰਾਸ਼ਟਰਪਤੀ ਮਤਲਬ ਕਿ ਕੋਈ ਸਰਕਾਰ ਅਜਿਵੇਂ ਬੀਜੇਪੀ ਹੈ ਜੇ ਦਰੁਪਤੀ ਮਰਮੂ ਤੋਂ ਮੰਗੇ ਕਿ ਸਾਡੇ ਇਸ ਏਰੀਆ ਵਿੱਚ ਕਿਹ ਹੈ ਆਪਤਾ ਆ ਗਈ ਹੜ ਆ ਗਿਆ ਜਾਂ ਪੁਚਾਲ ਆ ਗਿਆ ਹਨ ਤਾਂ ਉਹ ਸਰਕਾਰ ਰਾਸ਼ਟਰਪਤੀ ਤੋਂ ਉਹ ਫੰਡ ਲੈ ਸਕਦੀ ਹੈ ਠੀਕ ਹੈ ਇਸ ਤਰ੍ਹਾਂ ਅਗਲੇ ਪੁਆਇੰਟ ਦੀ ਗੱਲ ਕਰੀ ਰਾਸ਼ਟਰਪਤੀ ਦੀ ਸਪਾਰਸ਼ ਤੇ ਲੋਕ ਸਭਾ ਵਿੱਚ ਸਾਲਾਨਾ ਬਜਟ ਅਤੇ ਰੇਲ ਬਜਟ ਪੇਸ਼ ਕੀਤਾ ਜਾਂਦਾ ਹੈ ਇਹ ਪੁਆਇੰਟ ਵੀ ਯਾਦ ਰੱਖੋ ਐਗਜ਼ਾਮ ਵਿੱਚ ਪੁੱਛਿਆ ਜਾਂਦਾ ਹੈ ਕਿ ਸਾਲਾਨਾ ਬਜਟ ਜਾਂ ਰੇਲ ਬਜਟ ਕਿਸ ਦੀ ਸਪਾਰਸ਼ ਤੇ ਲੋਕ ਸਭਾ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ਤਾਂ ਰਾਸ਼ਟਰਪਤੀ ਦੀ ਸਿਫਾਰਿਸ਼ ਤੇ ਹੀ ਸਾਲਾਨਾ ਬਜਟ ਤੇ ਰੇਲ ਬਜਟ ਪਾਸ ਕੀਤਾ ਜਾ ਸਕਦਾ ਓਕੇ ਇਸ ਤੋਂ ਬਾਅਦ ਨੈਕਸਟ ਪੁਆਇੰਟ ਦੀ ਗੱਲ ਕਰੀਏ ਰਾਸ਼ਟਰਪਤੀ ਹਰ 5 ਸਾਲ ਬਾਅਦ ਵਿੱਤ ਕਮਿਸ਼ਨ ਯਾਨੀ ਫਾਈਨੈਂਸ਼ੀਅਲ ਕਮਿਸ਼ਨ ਫਾਈਨੈਂਸ ਕਮਿਸ਼ਨ ਦੀ ਨਿਯੁਕਤੀ ਕਰਦਾ ਹੈ ਇਸ ਦਾ ਕੰਮ ਕੀ ਹੁੰਦਾ ਹੈ ਇਸ ਦਾ ਕੰਮ ਕੀ ਹੁੰਦਾ ਜਿਹੜੇ ਵੀ ਯੂਨੀਅਨ ਟੈਰੀਟਰੀ ਨੇ ਜਾਂ ਸਟੇਟ ਨੇ ਰਾਜ ਨੇ ਹਨ ਉਹਨਾਂ ਵਿੱਚੋਂ ਜਿਹੜਾ ਵੀ ਟੈਕਸ ਇਕੱਠਾ ਹੁੰਦਾ ਉਹ ਕਿੰ ਮਤਲਬ ਕੇਂਦਰ ਤੱਕ ਪਹੁੰਚ ਰਿਹਾ ਹੈ ਜਾਂ ਨਹੀਂ ਇਸ ਬਾਰੇ ਡਿਟੇਲ ਦਿੰਦੀ ਹੈ ਵਿੱਤ ਕਮਿਸ਼ਨ ਕਿਉਂ ਦਿੰਦੀ ਹੈ ਰਾਸ਼ਟਰਪਤੀ ਨੂੰ ਇਹ ਡਿਟੇਲਸ ਸੌਂਪੀਆ ਠੀਕ ਹੈ ਇਸ ਤੋਂ ਬਾਅਦ ਰਿਮੂਵਲ ਆਫ ਪ੍ਰੈਜ਼ੀਡੈਂਟ ਦੀ ਗੱਲ ਕਰੀਏ ਨਹੀਂ ਰਾਸ਼ਟਰਪਤੀ ਨੂੰ ਹਟਾਉਣ ਦੀ ਕੀ ਰਾਸ਼ਟਰਪਤੀ ਨੂੰ ਹਟਾਇਆ ਜਾ ਸਕਦਾ ਹੈ ਤਾਂ ਇਹ ਸੰਵਿਧਾਨ ਦੀ ਉਲੰਘਣਾ ਦੇ ਆਧਾਰ ਤੇ ਮਹਾਦੋਸ਼ ਇੱਕ ਮਹਾਦੋਸ਼ ਲਗਾਇਆ ਜਾਂਦਾ ਜੇ ਰਾਸ਼ਟਰਪਤੀ ਨੇ ਕੋਈ ਸੰਵਿਧਾਨ ਦੀ ਉਲੰਘਣਾ ਕਰਤੀ ਤਾਂ ਹੀ ਰਾਸ਼ਟਰਪਤੀ ਨੂੰ ਹਟਾਇਆ ਜਾ ਸਕਦਾ ਹੈ ਬਾਕੀ ਕੋਈ ਕ੍ਰਾਈਮ ਕਰ ਦਿੱਤਾ ਵੀ ਨਹੀਂ ਹਟਾਇਆ ਜਾ ਸਕਦਾ ਠੀਕ ਹੈ ਨਾ ਕੋਈ ਪੁਲਿਸ ਕੇਸ ਹੋਵੇ ਰਾਸ਼ਟਰਪਤੀ ਤੇ ਓਕੇ ਤੇ ਜੇ ਜੇ ਰਾਸ਼ਟਰਪਤੀ ਸੰਵਿਧਾਨ ਦਾ ਸੰਵਿਧਾਨ ਦੀ ਉਲੰਘਣਾ ਕਰਦਾ ਹੈ ਠੀਕ ਹੈ ਤਾਂ ਉਸਤੇ ਕੀ ਹੈ ਮਹਾਦੋਸ਼ ਲਗਾਇਆ ਜਾਂਦਾ ਹੈ ਇਹ ਇੱਕ ਅਰਧ ਨਿਆਂਕ ਪ੍ਰਕਿਰਿਆ ਹੈ ਰਾਸ਼ਟਰਪਤੀ ਨੂੰ ਮਹਾਦੋਸ਼ ਰਾਹੀਂ ਹਟਾਇਆ ਜਾ ਸਕਦਾ ਠੀਕ ਹੈ ਸੰਵਿਧਾਨ ਵਿੱਚ ਰਾਸ਼ਟਰਪਤੀ ਦੇ ਮਹਾਦੋਸ਼ ਲਈ ਇੱਕ ਮੁਸ਼ਕਲ ਪ੍ਰਕਿਰਿਆ ਨਿਰਧਾਰਿਤ ਕੀਤੀ ਗਈ ਹੈ ਸੰਵਿਧਾਨ ਦੇ ਅੰਦਰ ਲਿਖਿਆ ਹੋਇਆ ਲਿਖਿਆ ਹੋਇਆ ਜੇ ਰਾਸ਼ਟਰਪਤੀ ਹਨਾ ਕੋਈ ਸੰਵਿਧਾਨ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ ਮਹਾਦੋਸ਼ ਐਕਟ ਹੋਵੇਗਾ ਕੋਈ ਆਈ ਥਿੰਕ ਇਸ ਤਰ੍ਹਾਂ ਦਾ ਕੁਝ ਹੈ ਮਾਰਦੋਸ਼ ਦਾ આરોਪ ਲਗਾ ਦਿੱਤਾ ਜਾਂਦਾ ਹੈ ਨਾ ਕਿ ਪ੍ਰਸ਼ਧਪਤੀ ਨੂੰ ਤਾਂ ਹਟਾਇਆ ਜਾ ਸਕਦਾ ਪਰ ਜਿਹੜਾ ਹੈ ਪ੍ਰਕਿਰਿਆ ਹੈ ਮਾਦ ਉਸਲ ਕਮਾਉਣ ਦੀ ਕਾਫੀ ਮੁਸ਼ਕਿਲ ਹੈ ਤੇ ਸੰਵਿਧਾਨ ਸਿੰਪਲ ਜੀ ਗੱਲ ਇਹ ਸਮਝ ਲਓ ਯਾਰ ਤੁਸੀਂ ਨਾ ਸੰਵਿਧਾਨ ਦੀ ਜੇ ਉਲੰਘਣਾ ਕਰਦਾ ਹੈ ਤਾਂ ਪ੍ਰਸ਼ਧਪਤੀ ਤੇ ਮਾਦ ਉਸਲ ਵਾਂਗ ਹੀ ਹਟਾਇਆ ਜਾ ਸਕਦਾ ਤੁਹਾਨੂੰ ਦੋਸਤੋਂ ਉਮੀਦ ਹੈ ਤੁਹਾਨੂੰ ਪੂਰੀ ਇਹ ਥਿਊਰੀ ਸਮਝ ਆ ਗਈ ਹੋਵੇਗੀ ਜੇ ਆ ਗਈ ਹੈ ਤਾਂ ਵੀਡੀਓ ਵਿੱਚ ਕਮੈਂਟ ਜ਼ਰੂਰ ਕਰ ਦਿਓ ਯੈਸ ਲਿਖ ਕੇ ਕਮੈਂਟ ਕਰ ਦਿਓ ਐਂਡ ਜਿਹੜੇ ਇਸ ਦੇ ਰਿਗਾਰਡਿੰਗ ਇੰਪੋਰਟੈਂਟ ਕੁਐਸਚਨਸ ਨੇ ਉਹ ਮੈਂ ਤੁਹਾਨੂੰ ਨੈਕਸਟ ਵੀਡੀਓ ਵਿੱਚ ਪ੍ਰੋਵਾਈਡ ਕਰਵਾ ਦੇਵਾਂਗਾ ਓਕੇ